ਸਾਡੇ ਕੋਲ ਬਹੁਤ ਸਾਰਾ ਪਾਣੀ ਹੈ ਅਤੇ ਉਹਨਾਂ ਨੇ ਸਾਨੂੰ ਇੱਕ ਪੰਪ ਵੀ ਦਿੱਤਾ ਹੈ। ਅਸੀਂ ਬੈਂਗਣ ਦੇ ਪੌਦੇ ਅਤੇ ਮੇਥੀ ਉਗਾਈ ਹੋਈ ਹੈ। ਹੁਣ ਸਾਨੂੰ ਕੰਮ ਲਈ ਬਾਹਰ ਜਾਣ ਦੀ ਲੋੜ ਨਹੀਂ। ਚੰਗਾ ਲੱਗਦਾ ਹੈ ਕਿ ਪਾਣੀ ਸਾਡੇ ਨੇੜੇ ਆ ਗਿਆ। ਔਰਤਾਂ ਛੇਤੀ ਉੱਠ ਜਾਂਦੀਆਂ ਨੇ ਅਤੇ ਛੇਤੀ ਕੰਮ ਨਿਬੇੜ ਲੈਂਦੀਆਂ ਨੇ। ਮੁੰਬਈ ਤੋਂ ਲਗਭਗ 190 ਕਿਲੋਮੀਟਰ ਦੂਰ ਪਾਲਕਰ ਅਤੇ ਨਾਸਿਕ ਜ਼ਿਲ੍ਹੇ ਦੀ ਸਰਹੱਦ ਦੇ ਕਬਾਇਲੀ ਪਿੰਡਾਂ ਵਿੱਚ ਖੂਬਸੂਰਤ ਕੁਦਰਤੀ ਨਜ਼ਾਰੇ ਨੇ। ਇਹ ਹੈ ਸੌਰ ਊਰਜਾ ਤੇ ਆਧਾਰਿਤ ਟਿਕਾਊ ਵਿਕਾਸ ਦਾ ਨਵਾਂ ਮਾਡਲ। ਇਹ ਬਸਤੀਆਂ, ਜਿਨ੍ਹਾਂ ਨੂੰ ਸਥਾਨਕ ਭਾਸ਼ਾ ਵਿੱਚ ਪਾਡਾ ਕਿਹਾ ਜਾਂਦਾ ਹੈ, ਕੁਝ ਸਾਲ ਪਹਿਲਾਂ ਹੀ ਪਾਵਰ ਗ੍ਰਿਡ ਨਾਲ ਜੋੜੀਆਂ ਗਈਆਂ ਨੇ, ਪਰ ਉਹਨਾਂ ਨੂੰ ਵਾਰ ਵਾਰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਖੇਤੀਬਾੜੀ ਲਈ ਲੋੜੀਂਦੀ ਬਿਜਲੀ ਸਪਲਾਈ ਲਈ ਇਸ 'ਤੇ ਨਿਰਭਰ ਨਹੀਂ ਰਹਿ ਸਕਦੇ। ਇਸ ਲਈ ਇੱਥੋਂ ਦੇ ਕਬਾਇਲੀ ਲੋਕਾਂ ਨੇ ਸੌਰ ਊਰਜਾ ਦਾ ਰੁੱਖ ਕੀਤਾ ਹੈ, ਜਿਸ ਨਾਲ ਮਾਨਸੂਨ ਤੋਂ ਬਾਅਦ ਵੀ ਉਹਨਾਂ ਦੇ ਖੇਤਾਂ ਨੂੰ ਪਾਣੀ ਮਿਲ ਰਿਹਾ ਹੈ। ਗ੍ਰਿਡ ਵਾਲੀ ਬਿਜਲੀ ਕਿਸੇ ਕੰਮ ਦੀ ਨਹੀਂ ਹੈ। ਸਾਡੇ ਪਾਣੀ ਦੇ ਸਰੋਤ ਹੇਠਾਂ ਘਾਟੀ ਵਿੱਚ ਨੇ। ਅਸੀਂ ਮੋਟਰ ਪੰਪ ਲਗਾਉਣ ਦਾ ਖਰਚਾ ਨਹੀਂ ਚੁੱਕ ਸਕਦੇ। ਬਿਜਲੀ ਇੱਕ ਦਿਨ ਲਈ ਆਉਂਦੀ ਹੈ ਅਤੇ ਹਫ਼ਤੇ ਲਈ ਗਾਇਬ ਹੋ ਜਾਂਦੀ ਹੈ। ਅਸੀਂ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਇਸ ਬਿਜਲੀ 'ਤੇ ਨਿਰਭਰ ਨਹੀਂ ਰਹਿ ਸਕਦੇ। ਇਸ ਲਈ ਜਦੋਂ ਬਰਸਾਤ ਦਾ ਮੌਸਮ ਖਤਮ ਹੋ ਜਾਂਦਾ ਹੈ ਤਾਂ ਸਾਡੇ ਲੋਕ ਕੰਮ ਦੀ ਤਲਾਸ਼ ਵਿੱਚ ਇੱਥੋਂ ਦੂਜੀਆਂ ਥਾਵਾਂ 'ਤੇ ਜਾਂਦੇ ਨੇ। ਗਰਮੀ ਦੇ ਮੌਸਮ ਵਿੱਚ ਇਹਨਾਂ ਕਿਸਾਨਾਂ ਨੂੰ ਦਿਹਾੜੀ ਮਜ਼ਦੂਰੀ ਵਾਲੇ ਕੰਮ ਦੀ ਭਾਲ ਵਿੱਚ ਦੂਸਰੀ ਥਾਂ 'ਤੇ ਜਾਣਾ ਪੈਂਦਾ ਸੀ, ਪਰ ਹੁਣ ਸੋਲਰ ਪਾਵਰ ਯਾਨੀ ਸੌਰ ਊਰਜਾ ਨਾਲ ਚੱਲਣ ਵਾਲੇ ਪੰਪਾਂ ਨੇ ਨਾ ਕੇਵਲ ਇਹਨਾਂ ਦੇ ਖੇਤਾਂ ਲਈ ਪਾਣੀ ਦੀ ਸਮੱਸਿਆ ਦਾ ਹੱਲ ਕੱਢਿਆ ਹੈ, ਬਲਕਿ ਇਹਨਾਂ ਦੇ ਘਰਾਂ ਤੱਕ ਵੀ ਪਾਣੀ ਪਹੁੰਚਾ ਦਿੱਤਾ ਹੈ। ਪਿੰਡ ਵਿੱਚ ਪਹੁੰਚਣ ਵਾਲਾ ਇਹ ਪਾਣੀ ਇੱਕ ਛੋਟੇ ਜਿਹੇ ਫਿਲਟਰ ਦੀ ਸਹਾਇਤਾ ਨਾਲ ਪੀਣ ਯੋਗ ਬਣਾਇਆ ਜਾਂਦਾ ਹੈ। ਪਹਿਲਾਂ ਸਾਨੂੰ ਬਹੁਤ ਜ਼ਿਆਦਾ ਪੈਦਲ ਤੁਰਨਾ ਪੈਂਦਾ ਸੀ। ਸਾਨੂੰ ਇੱਕ ਚਿੱਕੜ ਭਰੇ ਨਾਲੇ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ। ਪਾਣੀ ਲਿਆਉਣ ਅਤੇ ਖੇਤਾਂ ਅਤੇ ਘਰਾਂ ਦਾ ਕੰਮ ਕਰਨ ਵਿੱਚ ਸਾਨੂੰ ਕਈ ਘੰਟੇ ਲੱਗ ਜਾਂਦੇ ਸਨ। ਹੁਣ ਸਾਡੇ ਕੋਲ ਸਵੱਛ ਪਾਣੀ ਹੈ, ਮਤਲਬ ਕਿਸੇ ਬਿਮਾਰੀ ਦਾ ਡਰ ਵੀ ਨਹੀਂ ਹੈ। ਇਸ ਨਾਲ ਚੰਗਾ ਮਹਿਸੂਸ ਹੋ ਰਿਹਾ। ਸੌਰ ਊਰਜਾ ਦੇ ਇਹ ਛੋਟੇ ਪ੍ਰੋਜੈਕਟ 18 ਤੋਂ ਜ਼ਿਆਦਾ ਪਿੰਡਾਂ ਵਿੱਚ ਲਗਾਏ ਗਏ ਹਨ। ਦਿਗੰਤ ਸਵਰਾਜ ਫਾਊਂਡੇਸ਼ਨ ਨੇ ਪ੍ਰੋਜੈਕਟ ਚਿਰਾਗ, ਟਾਟਾ ਕੈਪੀਟਲਸ ਅਤੇ ਰੋਟਰੀ ਕਲੱਬ ਮੁੰਬਈ ਦੇ ਸਹਿਯੋਗ ਨਾਲ ਇਹ ਯਤਨ ਕੀਤਾ ਹੈ। ਪਰ ਇਹਨਾਂ ਪ੍ਰੋਜੈਕਟਾਂ ਦੇ ਨਿਰਮਾਣ ਅਤੇ ਦੇਖ ਰੇਖ ਦਾ ਅਸਲ ਕੰਮ ਇੱਥੋਂ ਦੇ ਸਥਾਨਕ ਲੋਕਾਂ ਵੱਲੋਂ ਹੀ ਕੀਤਾ ਗਿਆ ਹੈ। ਅਸੀਂ 2-3 ਦਿਨਾਂ ਬਾਅਦ ਇਸ ਨੂੰ ਸਾਫ਼ ਕਰਦੇ ਹਾਂ। ਪੈਨਲ 'ਤੇ ਪਾਣੀ ਪਾਉਣ ਲਈ ਅਸੀਂ ਪੌੜੀ ਅਤੇ ਬਾਲਟੀ ਦਾ ਇਸਤੇਮਾਲ ਕਰਦੇ ਹਾਂ ਅਤੇ ਡੰਡੇ 'ਤੇ ਲਪਟੇ ਹੋਏ ਇੱਕ ਕੱਪੜੇ ਨਾਲ ਇਸ ਨੂੰ ਪੂੰਝਦੇ ਹਾਂ। ਖੇਤਾਂ ਅਤੇ ਘਰਾਂ ਵਿੱਚ ਪਾਣੀ ਪਹੁੰਚਾਉਣ ਦੇ ਨਾਲ ਨਾਲ ਕਿਸਾਨ ਇਸ ਸੌਰ ਊਰਜਾ ਦੀ ਮਦਦ ਨਾਲ ਆਪਣੇ ਘਰਾਂ ਨੂੰ ਵੀ ਰੋਸ਼ਨ ਕਰ ਰਹੇ ਨੇ। ਪਿੰਡ ਦੀਆਂ ਛੋਟੀਆਂ ਛੋਟੀਆਂ ਸਹੂਲਤਾਂ ਜਿਵੇਂ ਕਿ ਗਲੀਆਂ ਵਿੱਚ ਲੱਗੀ ਲਾਈਟ ਸੂਰਜੀ ਊਰਜਾ 'ਤੇ ਚੱਲਦੀ ਹੈ। ਹੁਣ ਸਕੂਲ ਅਤੇ ਆਂਗਨਵਾੜੀ ਵੀ ਸੂਰਜੀ ਊਰਜਾ ਦਾ ਇਸਤੇਮਾਲ ਕਰ ਰਹੇ ਨੇ। ਇੱਕ ਵਾਰ ਲਗਾਉਣ ਤੋਂ ਬਾਅਦ ਤੁਸੀਂ ਇਸ ਨੂੰ 20-25 ਸਾਲਾਂ ਤੱਕ ਇਸਤੇਮਾਲ ਕਰ ਸਕਦੇ ਹੋ। ਇਸ ਦੇ ਰੱਖ ਰਖਾਅ ਦਾ ਖਰਚਾ ਵੀ ਘੱਟ ਹੀ ਆਉਂਦਾ ਹੈ। ਇੱਕਦਾ ਕਾ ਤੁਸੀਂ ਇਹ ਇੰਸਟਾਲ ਕੀਤਾ ਕਿ ਸਾਧਾਰਨਤਾ 20-25 ਵਰਸ਼ ਤੇਜੀ ਲਾਈਫ ਹਸਤੇ ਤੇ ਲਾ ਮੇਨਟੇਨੈਂਸ ਫਾਰ ਕਮੀ ਹਸਤੇ। ਇੱਕ ਛੋਟੇ ਜਿਹੇ ਪਿੰਡ ਲਈ ਸੋਲਰ ਪੰਪ ਲਗਾਉਣ ਤੇ ਲਗਭਗ 15 ਲੱਖ ਤੱਕ ਦਾ ਖਰਚਾ ਹੁੰਦਾ ਹੈ। ਇੱਕ ਸਟਰੀਟ ਲਾਈਨ ਤਕਰੀਬਨ 15,000 ਦੀ ਪੈਂਦੀ ਹੈ। ਇੱਕ ਸਕੂਲ ਵਿੱਚ ਸੋਲਰ ਪੈਨਲ ਅਤੇ ਸਟੋਰੇਜ ਲਈ ਬੈਟਰੀ ਤੇ 3 ਲੱਖ ਦੇ ਕਰੀਬ ਖਰਚਾ ਹੁੰਦਾ ਹੈ, ਪਰ ਇਸ ਨੂੰ ਸੁਚਾਰੂ ਰੱਖਣ ਤੇ ਜ਼ਿਆਦਾ ਪੈਸੇ ਖਰਚ ਨਹੀਂ ਹੁੰਦੇ। ਇੱਕ ਸੋਲਰ ਯੂਨਿਟ ਜਿਸ ਨਾਲ 3 ਲਾਈਟਾਂ ਚੱਲ ਸਕਦੀਆਂ ਨੇ ਅਤੇ ਮੋਬਾਈਲ ਚਾਰਜ ਹੋ ਸਕਦਾ ਹੈ, ਉਸਦੀ ਕੀਮਤ 2500 ਰੁਪਏ ਪੈਂਦੀ ਹੈ। ਕੋਇਲਾ ਔਰ ਡੀਜ਼ਲ ਜੈਸੇ ਇੰਧਨੋਂ ਕੇ ਵਿਕਲਪ ਕੇ ਰੂਪ ਮੇਂ ਸੋਲਰ ਐਨਰਜੀ ਕੀ ਤਰਫ ਦੇਖਾ ਜਾਤਾ ਹੈ, ਲੇਕਿਨ ਸੋਲਰ ਪੈਨਲਸ ਮਹਿੰਗੇ ਹੋਤੇ ਹੈ, ਇਨਕਾ ਰੱਖ ਰਖਾਵ ਕਰਨਾ ਇਤਨਾ ਆਸਾਨ ਨਹੀਂ ਹੋਤਾ ਹੈ, ਐਸੀ ਸ਼ੰਕਾਏ ਲੋਗੋ ਕੇ ਮਨ ਮੇਂ ਹੋਤੀ ਹੈ। ਪਰ ਅਗਰ ਪੂਰਾ ਗਾਂਵ ਇੱਕ ਸਾਥ ਆ ਜਾਏ ਤੋ ਯੇ ਕਰਨਾ ਮੁਮਕਿਨ ਹੈ, ਔਰ ਯੇ ਕਰ ਦਿਖਾਇਆ ਹੈ ਮਹਾਰਾਸ਼ਟਰ ਕੇ ਇਨ ਗਾਂਵੋਂ ਨੇ।